ਰਣਜੀਤ ਸਿੰਘ ਪਿੰਡ ਪ੍ਰਧਾਲੀ ਤੋਂ ਮੈਂ ਯਾਨੀ ਕਿ ਇੱਥੇ ਖਾਲ ਵਗਦੀ ਆ ਕਾਫੀ ਸਮੇਂ ਤੋਂ ਵਗਦੀ ਆ ਯਾਨੀ ਕਿ ਪਾਣੀ ਗਹਿਰਾ ਅਤੇ ਲੋਕਾਂ ਨੂੰ ਆ ਜਾਣ ਦੀ ਤੰਗੀ ਹੁੰਦੀ ਅਤੇ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਵੀ ਇੱਥੇ ਤੁਹਾਨੂੰ ਤੰਗੀ ਹੁੰਦੀ ਆ ਲੰਘਣ ਨੂੰ ਪਰੇਸ਼ਾਨੀ ਆ ਖਾਲ ਵਗਦੀ ਜੇ ਅਤੇ ਕੋਈ ਨਾ ਸੁਣਵਾਈ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਮੈਂ ਆਪ ਆਇਆ ਮੈਂ ਦੇਖਿਆ ਸੋਚਿਆ ਅਤੇ ਮੈਂ ਸੋਚਿਆ ਵੀ ਤਾਂ ਪੋਲ ਪਾ ਲੈਂਦੇ ਲੰਘਣ ਨੂੰ ਥੋੜ੍ਹੀ ਰਾਹਤ ਮਿਲੇਗੀ ਲੋਕਾਂ ਨੂੰ ਆਪਣੇ ਖੇਤ ਆ ਥੋੜ੍ਹਾ ਆਪਣੇ ਇੱਧਰ ਘਰ ਆਪਣੇ ਉਹਨਾਂ ਵਿੱਚ ਮੈਂ ਸੋਚਿਆ ਚਲੋ ਲੋਕਾਂ ਨੂੰ ਰਾਹਤ ਮਿਲੇਗੀ ਆਉਣ ਜਾਣ ਲੰਘਣ ਨੂੰ ਕੋਈ ਔਖਾਈ ਨਾ ਹੋਏ ਹਾਂ ਉਸ ਤੋਂ ਬਾਅਦ ਮੈਂ ਪੋਲ ਪਾ ਦਿੱਤਾ ਅਤੇ ਹਰ ਕੋਈ ਇੱਥੋਂ ਖੁਸ਼ ਹੋ ਕੇ ਜਾਂਦਾ ਲੰਘ ਕੇ ਇਹਨੂੰ ਸੈਲਫੀ ਲੈਂਦਾ ਆਪਣੀ ਫੋਟੋ ਜਾਂਦਾ ਬਾਬਰ ਮੈਂ ਹੁਣ ਆਪਣੇ ਪ੍ਰਸ਼ਾਸਨ ਤੋਂ ਮੰਗ ਕਰਨਾ ਵੀ ਜਾਣ ਕੇ ਉਹ ਮੇਰੀ ਕੁਛ ਮਦਦ ਕਰਨ ਸਰਕਾਰ ਵੱਲੋਂ ਕੋਈ ਮਦਦ ਕਰ ਸਕਦੇ ਆ ਮੇਰੀ ਮੈਂ ਇੰਨਾ ਚਾਹੁੰਦਾ ਉਹਨਾਂ ਨੂੰ ਬਸ ਜਿੱਦਾਂ ਦੇਖਿਆ ਕਿ ਇੱਕ ਬੜਾ ਵਧੀਆ ਪਲੇਸ ਬਣ ਗਿਆ ਇੱਕ ਹੋਟਲ ਟਾਈਪ ਲੱਗਦਾ ਟੂਰਿਸਟ ਚਾਹੀਦਾ ਸਰਕਾਰ ਨੂੰ ਕਿ ਇੱਥੇ ਇੱਦਾਂ ਦਾ ਕੋਈ ਹੋਟਲ ਬਣਾਇਆ ਜਾਏ ਹੋਰ ਪੁੱਲ 'ਤੇ ਮਿਹਨਤ ਕਰਕੇ ਅੱਛਾ ਬਣਾਇਆ ਜਾਏ ਉਹ ਸਰਕਾਰ ਅੱਗੇ ਦੇਖਦੀ ਆ ਉਹਨਾਂ ਨੂੰ ਵਧੀਆ ਲੱਗਦਾ ਚੰਗਾ ਲੱਗਦਾ ਅਗਰ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਬਾ ਕਾਫੀ ਲੋਕ ਤਾਂ ਉਹਨੂੰ ਪਸੰਦ ਕਰਦੇ ਆ ਠੀਕ ਆ ਮੈਨੂੰ ਹਰ ਕੋਈ ਬਾਕੀ ਕਹਿੰਦਾ ਕੋਈ ਜਗ੍ਹਾ ਬਣਾਈ ਆ ਪਸੰਦ ਕਰਦੇ ਆ ਲੋਕ ਆਉਂਦੇ ਜਾਂਦੇ ਆ ਅਤੇ ਅਗਰ ਸਰਕਾਰ ਨੂੰ ਲੱਗਦਾ ਮੇਰੀ ਮੰਗ ਆ ਅਗਰ ਬਣਾ ਸਕਦੇ ਆ ਤਾਂ ਉਹ ਵਿੱਚ ਮੈਂ ਖੁਸ਼ੀ ਹੋਏਗੀ ਮੈਨੂੰ ਮੇਰੇ ਪਿੰਡ ਦਾ ਨਾਂ ਉੱਚਾ ਹੋਏਗਾ ਮੈਂ ਪਿੰਡ ਪ੍ਰਧਾਲੀ ਤੋਂ ਹਾਂ ਮੈਂ ਚਾਹੁੰਦਾ ਕਿ ਅਗਰ ਮੇਰੇ ਪਿੰਡ ਦਾ ਨਾਂ ਉੱਚਾ ਹੋਏਗਾ ਅਤੇ ਮੇਰਾ ਨਾਂ ਆਏਗਾ ਮੇਰੇ ਪਿੰਡ ਦਾ ਨਾਂ ਆਏਗਾ ਅਤੇ ਉਹ 'ਚ ਮੈਨੂੰ ਬਹੁਤ ਖੁਸ਼ੀ ਹੋਏਗੀ ਅਤੇ ਹਰਜੀਤ ਸਿੰਘ ਨੇ ਪੁੱਤਰ ਸ਼੍ਰੀ ਸ਼ੇਰ ਸਿੰਘ ਨੇ ਇੱਕ ਪੁੱਲ ਬਣਵਾਇਆ ਸੀਗਾ ਇਹਨਾਂ ਦੀ ਪੈਲੀ ਨੂੰ ਜਾਣ ਨੂੰ ਇਹਨਾਂ ਨੂੰ ਕੋਈ 3-4 ਕਿਲੋਮੀਟਰ ਚੱਲਣਾ ਪੈਂਦਾ ਸੀਗਾ ਅਤੇ ਇਹਨੇ ਵੈਸੇ ਕਿਹਾ ਵੀ ਆ ਕਾਫੀ ਵਾਰੀ ਪ੍ਰਸ਼ਾਸਨ ਨੂੰ ਆਪਾਂ ਵੀ ਕੀਤਾ ਸੀਗਾ ਕਿ ਇੱਥੇ ਕੁਛ ਆਉਣ ਜਾਣ ਵਾਸਤੇ ਰਸਤਾ ਬਣ ਜਾਏ ਮਗਰ ਪ੍ਰਸ਼ਾਸਨ ਨੇ ਇਹਦੇ ਬਾਰੇ ਕੁਛ ਨਹੀਂ ਸੋਚਿਆ ਅਤੇ ਇਸ ਬੰਦੇ ਨੇ ਖੁਦ ਆਪਣੀ ਪੈਸਿਆਂ ਨਾਲ ਅਤੇ ਆਪਣੀ ਮਿਹਨਤ ਨਾਲ ਇਕੱਲੇ ਨੇ ਇਸ ਪੁੱਲ ਨੂੰ ਬਣਵਾਇਆ ਜਿਸ ਕਰਕੇ ਪਿੰਡ ਦੇ ਕਾਫੀ ਲੋਕਾਂ ਨੂੰ ਆਪਣੇ ਖੇਤਾਂ ਵੱਲ ਜਾਣ ਲਈ ਘਰਾਂ ਲਈ ਜਾਣ ਲਈ 3 ਕਿਲੋਮੀਟਰ ਜਾਣਾ ਪੈਂਦਾ ਸੀਗਾ ਅਤੇ ਉਹਦਾ ਉਹਨਾਂ ਨੂੰ ਕਾਫੀ ਲੰਬਾ ਸਫ਼ਰ ਅਤੇ ਟਾਈਮ ਭੱਜਦਾ ਸੀਗਾ ਉਹਦੇ ਕਰਕੇ ਪੁੱਲ ਪਾਉਣ ਕਰਕੇ ਇਹ 10 ਮਿੰਟ 'ਚ ਆਪਣੀ ਪੈਲੀ 'ਚ ਅਤੇ ਘਰ 'ਚ ਜਾ ਸਕਦੇ ਨੇ ਅਤੇ ਇਹ ਇੰਨਾ ਕੁ ਵਧੀਆ ਸਪੋਰਟ ਬਣ ਗਿਆ ਕਿ ਦੂਰੋਂ ਦੂਰੋਂ ਮੁੰਡੇ ਆ ਕੇ ਜਾਂ ਕੋਈ ਕੁੜੀਆਂ ਆ ਕੇ ਇੱਥੇ ਸੈਲਫੀਆਂ ਖਿਚਾ ਰਹੇ ਆ ਵੈਸੇ ਇਹ ਖਾਲ 'ਚ ਪਾਣੀ ਚੱਲਦਾ ਰਹਿੰਦਾ ਅਤੇ ਹੁਣ ਤਾਂ ਅੱਗੇ ਗਰਮੀਆਂ ਆ ਗਈਆਂ ਅਤੇ ਵੈਸੇ ਨਹਾਉਣ ਨਹੁਣ ਵਾਸਤੇ ਬਹੁਤ ਵਧੀਆ ਪਿਕਨਿਕ ਸਪੋਰਟ ਬਣ ਜਾਣਾ ਜੇ ਅਤੇ ਆਪਾਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਥੋੜ੍ਹਾ ਜਿਹਾ ਇਸ ਮੁੰਡੇ ਦਾ ਜਾਂ ਸਾਡੇ ਪਿੰਡ ਦਾ ਸਾਥ ਦਿਓ ਥੋੜ੍ਹਾ ਜਿਹਾ ਪ੍ਰਸ਼ਾਸਨ ਨੂੰ ਵਧਾ ਚੜਾ ਕੇ ਕਰੇਗਾ ਅਤੇ ਲੋਕਾਂ ਨੂੰ ਥੋੜ੍ਹਾ ਰੁਜ਼ਗਾਰ ਵੀ ਪੈਦਾ ਹੋਏਗਾ ਥੋੜ੍ਹਾ ਕੰਮ ਵੀ ਵਧੇਗਾ ਪਿੰਡ ਦਾ ਨਾਂ ਰੋਸ਼ਨ ਹੋਏਗਾ ਅਤੇ ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਜੇ ਮੁੰਡੇ ਨੇ ਹਿੰਮਤ ਕੀਤੀ ਹੈ ਤਾਂ ਥੋੜ੍ਹਾ ਜਿਹਾ ਆਪਣੇ ਤੁਸੀਂ ਵੀ ਥੋੜ੍ਹਾ ਜਿਹਾ ਇਹਦਾ ਸਹਿਯੋਗ ਕਰੋ ਅਤੇ ਸਾਨੂੰ ਵੀ ਥੋੜ੍ਹਾ ਫਾਇਦਾ ਹੋਏਗਾ ਅਤੇ ਨਾਲੇ ਪਿਕਨਿਕ ਸਪੋਟ ਬਣ ਜਾਏਗਾ ਅਤੇ ਸੁਰਖੀਆਂ 'ਚ ਰਹੇਗਾ ਸਾਡਾ ਪਿੰਡ ਬਸ ਇਹੀ ਕਹਿਣਾ ਚਾਹੁੰਦਾ ਜੀ।